ਨਨ ਧਨ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਨਾਮ ਲੇਵਾ ਸੰਗਤਾਂ ਨੂੰ ਦਾਸ ਪੰਮਾ ਸੁਣਣ ਲੱਖ ਲੱਖ ਵਧਾਈ ਦਿੰਦਾ ਹੈ ਜੀ ਅਤੇ ਨਾਲ ਹੀ ਕਵਿਸ਼ਰੀ ਦੇ ਰੂਪ ਦੇ ਵਿੱਚ ਆਪਣੇ ਮਨ ਦੀਆਂ ਗਹਿਰਾਈਆਂ ਤੋਂ ਸੰਗਤਾਂ ਦੇ ਸਾਹਮਣੇ ਕੁਝ ਚੰਗੇ ਵਿਚਾਰ ਐਉਂ ਕਰਕੇ ਪੇਸ਼ ਕਰ ਰਿਹਾ ਜੀ ਗੁਰੂ ਰਵਿਦਾਸ ਦੇ ਪੈਰੋਕਾਰ ਕੌਮ ਦੇ ਸੱਚੇ ਸੇਵਾਦਾਰੋ ਭੀਮਰਾ ਖਾਲੀ ਜੋ ਮਰ ਮਟ ਜਾਵੇ ਉਹੀ ਸੱਚਾ ਸੂਰਾ ਏ ਓਏ ਜਰ ਤੱਕ ਦਿੱਲੀ ਫਤਿਹ ਨਾ ਕੀਤੀ ਤਰ ਤੱਕ ਮਿਸ਼ਨ ਅਧੂਰਾ ਹੈ ਓਏ ਜਰ ਤੱਕ ਦਿੱਲੀ ਫਤਿਹ ਨਾ ਕੀਤੀ ਤਰ ਤੱਕ ਮਿਸ਼ਨ ਅਧੂਰਾ ਹੈ ਛੱਡ ਦੋ ਹਰ ਸੋਹਿੰਗ ਦੇ ਝਗੜੇ ਨਹੀਂ ਤਾਂ ਜਾਣੇ ਸਾਰੇ ਹੀ ਰਗੜੇ ਛੱਡ ਦੋ ਹਰ ਸੋਹਿੰਗ ਦੇ ਝਗੜੇ ਨਹੀਂ ਤਾਂ ਜਾਣੇ ਸਾਰੇ ਰਗੜੇ ਹੋ ਕੇ ਇਕੱਠੇ ਇੱਕ ਵਾਰ ਸਾਰੇ ਆਦੀ ਗੱਲ ਜੋ ਦੱਸ ਗਏ ਇਕਤਾ ਵਾਲਾ ਵੱਲ ਜੋ ਦੱਸ ਗਏ ਮਧੁਮੱਖੀਆਂ ਦੀ ਗੱਲ ਜੋ ਦੱਸ ਗਏ ਇਕਤਾ ਵਾਲਾ ਵੱਲ ਜੋ ਦੱਸ ਗਏ ਮੰਨ ਲੋ ਗੱਲ ਮੇਰੇ ਸਤਿਗੁਰੂ ਦੀ ਮਨ ਚੋਂ ਕੱਢ ਦੋ ਕੂੜਾ ਏ ਓਏ ਜਰ ਤੱਕ ਦਿੱਲੀ ਫਤਿਹ ਨਾ ਕੀਤੀ ਤਰ ਤੱਕ ਮਿਸ਼ਨ ਅਧੂਰਾ ਹੈ ਓਏ ਜਰ ਤੱਕ ਦਿੱਲੀ ਫਤਿਹ ਨਾ ਕੀਤੀ ਤਰ ਤੱਕ ਮਿਸ਼ਨ ਅਧੂਰਾ ਹੈ ਸਭ ਛੱਡ ਦੋ ਵਖ ਵਖ ਧੜੀਆਂ ਨੂੰ ਨਹੀਂ ਖਾ ਜੂ ਬਾੜ ਇਹ ਖੜੀਆਂ ਨੂੰ ਸਭ ਛੱਡ ਦੋ ਵਖ ਵਖ ਧੜਿਆਂ ਨੂੰ ਨਹੀਂ ਖਾਜੂ ਬਾੜ ਇਹ ਖੜਿਆਂ ਨੂੰ ਜੋ ਭੀ ਮਰਾਉ ਦੀ ਉਂਗਲੀ ਕਹਿੰਦੀ ਕਰ ਲੋ ਕੰਮ ਉਹ ਪੂਰਾ ਏ ਓਏ ਜਰ ਤੱਕ ਦਿੱਲੀ ਫਤਹਿ ਜਿ ਬਿਨਾ ਨਾ ਧਰਮ ਚੱਲੇ ਧਰਮ ਬਿਨਾ ਸਭ ਦਲੇ ਮਲੇ ਹੈ ਰਾਜ ਬਿਨਾ ਨਾ ਧਰਮ ਚੱਲੇ ਧਰਮ ਬਿਨਾ ਸਭ ਦਲੇ ਮਲੇ ਹੈ ਬਾਣੀ ਵੀ ਕਰਦੀ ਰਾਜ ਦੀ ਗੱਲ ਕਿਉਂ ਲਾਇਆ ਮਨ ਨੂੰ ਝੂਰਾ ਏ ਓਏ ਜਰ ਤੱਕ ਦਿੱਲੀ ਫਤਿਹ ਨਾ ਕੀਤੀ ਤਰ ਤੱਕ ਮਿਸ਼ਨ ਅਧੂਰਾ ਹੈ ਓਏ ਜਰ ਤੱਕ ਦਿੱਲੀ ਫਤਿਹ ਨਾ ਕੀਤੀ ਤਰ ਤੱਕ ਮਿਸ਼ਨ ਅਧੂਰਾ ਹੈ ਰਮਾਨੰਦ ਜੀ ਦੀ ਕੁਰਬਾਨੀ ਕੌਮ ਲੈ ਖੇਲਾਈ ਜ਼ਿੰਦਗਾਨੀ ਮਾਨੰਦ ਜੀ ਦੀ ਕੁਰਬਾਨੀ ਕੌਮ ਲੈ ਖੇਲਾਈ ਜ਼ਿੰਦਗਾਨੀ ਇਕੱਠੇ ਹੋ ਕੇ ਮਾਰੋ ਹਮਲਾ ਤਾਮੁਲ ਪਹਿਣਾ ਪੂਰਾ ਏ ਓਏ ਜਰ ਤੱਕ ਦਿੱਲੀ ਫਤਿਹ ਨਾ ਕੀਤੀ ਤਰ ਤੱਕ ਮਿਸ਼ਨ ਅਧੂਰਾ ਹੈ ਓਏ ਜਰ ਤੱਕ ਦਿੱਲੀ ਫਤਿਹ ਨਾ ਕੀਤੀ ਤਰ ਤੱਕ ਮਿਸ਼ਨ ਅਧੂਰਾ ਹੈ ਨਹੀਂ ਫਾਇਦਾ ਲਾਏ ਲੰਗਰਾਂ ਦਾ ਸਭ ਝੂਠੇ ਇਨਾ ਅਡੰਬਰਾਂ ਦਾ ਨਹੀਂ ਫਾਇਦਾ ਲਾਏ ਲੰਗਰਾਂ ਦਾ ਸਭ ਝੂਠੇ ਇਨਾ ਅਡੰਬਰਾਂ ਦਾ ਜੇ ਰਹਿ ਗਏ ਪੜਨੇ ਤੋਂ ਵਾਂਝੇ ਨਾ ਪੱਲੇ ਪੈੜਾ ਊੜਾ ਏ ਓਏ ਜਦ ਤੱਕ ਦਿੱਲੀ ਫਤਿਹ ਨਾ ਕੀਤੀ ਤਦ ਤੱਕ ਮਿਸ਼ਨ ਅਧੂਰਾ ਹੈ ਓਏ ਜਦ ਤੱਕ ਦਿੱਲੀ ਫਤਿਹ ਨਾ ਕੀਤੀ ਤਦ ਤੱਕ ਮਿਸ਼ਨ ਅਧੂਰਾ ਹੈ ਸ਼ੋਕ ਸੱਲਣ ਹੋ ਜਾਓ ਇਕੱਠੇ ਹਰ ਪਿੰਦਰਾ ਨਾ ਖਾਈਏ ਤੱਕੇ ਅਸ਼ੋਕ ਸੱਲਣ ਹੋ ਜਾਓ ਇਕੱਠੇ ਹਰ ਪਿੰਦਰਾ ਨਾ ਖਾਈਏ ਤੱਕੇ ਦਗਾਣੇ ਵਾਲੇ ਸਨ ਚੁੰਬੜਿਆ ਵਣਕਲ ਸੂੜਾ ਓਏ ਜਰ ਤੱਕ ਦਿੱਲੀ ਫਤਹਿ